ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਬੱਗਿਆਣਾ ਕਿ ਪਿੰਡ ਫਰੀਦਕੋਟ ਜ਼ਿਲ੍ਹੇ ਦਾ, ਇਹਦੇ ਨੇੜੇ ਕੋਟਸੁਖੀਆ ਪਿੰਡ ਹੈ, ਬਿਲਕੁਲ ਨਾਲ ਦਾ ਪਿੰਡ ਕੋਟਸੁਖੀਆ, ਇਕੱਠੇ ਜਿਹੀ ਇਹ ਪਿੰਡ ਹੈ। ਔਲਖ ਅਤੇ ਪੰਜ ਗ੍ਰਾਂ ਇੱਕ ਪਾਸੇ ਹੈ, ਦੂਜੇ ਪਾਸੇ ਇਹਦੇ ਨੇੜ ਦੱਸੋ ਕੋਟਸੁਖੀਆ ਮੈਂ ਦੱਸਦਾ, ਜਿਉਣ ਵਾਲਾ ਭਲੂਰ ਇਹ ਵੀ ਇਹਦੇ ਨੇੜ ਦੇ ਪਿੰਡ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ, ਇਹਨਾਂ ਕੋਲ ਇੱਕ ਵਹਿੜ ਸੂਈ ਵੀ ਆ ਤਾਜ਼ੀ, ਅਤੇ ਇਹਨੇ ਬੱਚਾ ਵੱਛੀ ਦਿੱਤੀ ਹੈ, ਬਹੁਤ ਸੋਹਣੀ ਵੱਛੀ ਨਾਲ, ਅਤੇ ਨਾਲ ਇਹ ਜਿਹੜੀ ਵਹਿੜ ਆਪ ਵੀ ਬੜੀ ਸੁਨੱਖੀ ਹੈ। ਦੱਸੋ ਇਹ ਪਹਿਲਾ ਸੂਆ, ਛੋਟੀ ਉਮਰ ਦੇ ਵਿੱਚ ਹੀ ਸੂਈ ਲੱਗਦੀ ਹੈ। ਇੱਕ ਗੱਲ ਧਿਆਨ 'ਚ ਲੈ ਦਿਆਂ ਵੀ ਟਾਈਮ ਅੱਧਾ ਘੰਟਾ ਲੇਟ ਆ ਮਿਲਕਿੰਗ ਦਾ, ਜਿਹੜਾ ਆਮ ਤੌਰ 'ਤੇ ਆਪਾਂ 6-6:30 ਵਜੇ ਚੋਣੇ ਆ, ਅਤੇ ਵੀਡੀਓ 7 ਵਜੇ ਦੇ ਆਸ ਪਾਸ ਮੈਂ ਇਹ ਬਣਾ ਰਿਹਾ। ਬੱਚਾ ਨੇੜੇ ਬੰਨਤਾ ਸੀ ਕਿਉਂਕਿ ਇਹਨੂੰ ਅੰਦਰ ਲੈ ਕੇ ਆਉਣਾ, ਉਹਦੇ ਕਰਕੇ ਪਸਮਾਚ ਹੋ ਗਈ ਹੁਣ ਵੈੜ। ਆਓ ਜਾਣਕਾਰੀ ਲਈਏ, ਫਿਰ ਇਹਨੂੰ ਆਪਾਂ ਤੋਰਾਂਗੇ, ਜਿਹਨੂੰ ਚੰਗੀ ਲੱਗੂ ਉਹ ਵੀਰ ਤਸੱਲੀ ਕਰਕੇ ਖਰੀਦ ਸਕਦਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਮ ਦੱਸਿਓ ਜੀ ਆਪਣਾ। ਸਤਵਿੰਦਰ। ਸਤਵਿੰਦਰ ਬਾਈ, ਅੱਜ ਜਿਹੜੀ ਇਹ ਵੈੜ ਵੇਚਣ ਲੱਗੇ ਹੋ, ਪਹਿਲਾ ਸੂਆ ਹੈ? ਹਾਂਜੀ, ਪਹਿਲਾ ਸੂਆ। ਉਮਰ ਅੰਦਾਜ਼ਾ ਕਿੰਨੀ ਹੋਊਗੀ ਬਾਈ? ਉਮਰ ਮੇਰੇ ਸਾਲਾਂ 24 ਹੋ ਗਈ ਹੋਊਗੀ। 4 ਦੰਦ ਹੋ ਗਈ ਹੋਊਗੀ। ਹਾਂ ਹਾਂ। ਅੱਛਾ, ਸੂਈ ਕਿੱਦੇ ਹੈ? ਸੂਈ ਨੂੰ ਤੀਜਾ ਕਦਮ ਹੈ। ਤੀਜਾ ਦਿਨ ਹੈ? ਹਾਂਜੀ, ਠੀਕ ਹੈ। ਅੱਛਾ, ਬੱਚਾ ਇਹਨੇ ਵੱਛੀ ਦਿੱਤੀ ਹੈ, ਕਿਹੜੇ ਸੀ ਮੰਦੀ? ਇਹ 40-116 ਦੀ ਹੈ। 40-116 ਦੀ? ਹਾਂ, ਡੈਨਮਾਰਕ। ਠੀਕ ਹੈ, ਇਹ ਆਪ ਦਾ ਵੈਟ ਦਾ ਪਤਾ ਜਾਂ ਨਹੀਂ ਪਤਾ? ਇਹਦਾ ਨਹੀਂ ਪਤਾ ਜੀ, ਇਹਦਾ ਨਹੀਂ ਪਤਾ। ਹਾਂ, ਲਿਆਂਦੇ ਹਾਂ ਅਸੀਂ ਆਪਾਂ ਗਾਉਂ। ਅੱਛਾ, ਵੱਛੀ ਖਰੀਦੀ ਸੀ? ਹਾਂਜੀ ਹਾਂਜੀ। ਕੀ ਡਿਮਾਂਡ ਕਰਦੇ ਹੋ ਵੈਟ ਦੀ? 1,10,000। 1,10,000? ਹਾਂਜੀ। ਤੋਰ ਕੇ ਨੂੰ ਆਪਾਂ ਤੋਰ। ਸੋ ਦੱਸੋ ਇੱਕ ਵਾਰ ਤੁਸੀਂ ਇਵੇਂ ਇੱਥੇ ਦੇਖੋ, ਇਹਦਾ ਢਾਂਚਾ ਰੰਗ ਰੂਪ ਵਾਈਟ ਰੰਗ ਦੀ ਵੈੜ ਹੈ, ਬਹੁਤ ਸੋਹਣੀ ਵੈੜ ਹੈ। ਦੱਸੋ ਤੇ 40-116 ਦੀ ਵੱਛੀ ਨੂੰ ਇਹਨੇ ਜਨਮ ਦਿੱਤਾ। ਫਿਕਸ ਹਵਾਨਾ, ਬੜਾ ਚੌੜਾ ਹਵਾਨਾ ਹੈ, ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ। ਮੈਂ ਟਾਈਮ ਥੋੜ੍ਹਾ ਦੱਸਦਾ ਸੀ ਤੁਹਾਨੂੰ ਵੀ ਅੱਧਾ ਕੁ ਘੰਟਾ ਸੀ ਮਿਲਕਿੰਗ ਇਹਦੀ ਲੇਟ ਹੋ ਗਈ ਹੈ, ਕਿਉਂਕਿ ਵੀਡੀਓ ਬਣਾਉਣੀ ਸੀ ਉਹਦੇ ਕਰਕੇ। ਅਗਾੜੀ ਚੰਗੀ ਹੈ, ਪਛਾਣ ਨੂੰ ਹਵਾਨਾ ਚੰਗਾ। ਮੈਂ ਦੁੱਧ ਇਸ ਕਰਕੇ ਨਹੀਂ ਪੁੱਛਿਆ ਵੀ ਹਜੇ ਦਿਨ 2 ਹੀ ਹੋਏ ਆ ਸੂਈ ਨੂੰ, ਦੁੱਧ ਤਾਂ ਇਸ ਵੈੜ ਨੇ ਖੈਰ ਚੰਗਾ ਹੀ ਦੇਣਾ, ਆਪਾਂ ਨੂੰ ਪਤਾ ਬਰੀਡ ਕੁਆਲਿਟੀ ਚੰਗੀ ਹੈ ਤਾਂ ਦੁੱਧ ਇਹ ਚੰਗਾ ਹੀ ਦਿੰਦੀਆਂ, ਪਰ ਦੁੱਧ ਦਾ ਕੁਐਸਚਨ ਇਸ ਕਰਕੇ ਛੱਡਤਾ ਸੀ ਵੀ ਅਜੇ ਤਾਜ਼ੀ ਸੂਈ ਇਹਨੂੰ ਦੁੱਧ 'ਤੇ ਆਉਣ ਦਿਆਂਗੇ। ਸੋ ਬਾਕੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਇਹਦੀ ਬਰੀਡ ਕੁਆਲਿਟੀ, ਇਹਦੀ ਵੱਛੀ ਨੂੰ ਧਿਆਨ 'ਚ ਰੱਖ ਕੇ ਤੁਸੀਂ ਖਰੀਦਿਓ। ਥਣ ਹੱਥੀ ਚਵਾਈ ਵਾਲਾ ਨਿਕਲਣਾ ਦੱਸੋ, ਹਜੇ ਥਣ ਠੀਕ ਠੀਕ ਹੈ ਪਰ ਹਜੇ ਥਣ ਨਿਖਰੂਗਾ ਬਾਈ। ਬਾਹਰ ਨੂੰ ਹੋਰ ਗੇੜਾ ਕਢਾ ਦਈਏ ਆਪਾਂ, ਉੱਧਰੋਂ ਛੱਡ ਦਿਓ ਜੇ ਵੱਛੀ ਦੀ ਖਿੱਚ ਕਰੂ। ਦੱਸੋ ਚੋਣ ਦੇ ਨੇੜ ਕਰਕੇ ਨਾ ਅਤੇ ਵੱਛੀ ਵੱਲ ਨੂੰ ਭੱਜ ਕੇ ਆਉਂਦੀ ਹੈ, ਕਿਉਂਕਿ ਵੱਛੀ ਦੀ ਖਿੱਚ ਪਸ਼ੂ ਨੂੰ ਰਹਿਣੀ ਹੈ। ਸੋਹਣੀਆਂ ਲੱਤਾਂ ਦੱਸੋ, ਹਵਾਨਾ ਫਿਕਸ ਹੈ ਅਤੇ ਚੌੜੀਆਂ ਲੱਤਾਂ ਨਾਲ ਤੁਰਦੀ ਹੈ ਵੈੜ, ਕਿਉਂਕਿ ਚੰਗੀ ਤਿਆਰ ਹੋਈ ਵੀ ਹੈ, ਆਸ ਹੈ ਵੀ ਸੋਹਣਾ ਦੁੱਧ ਪਾਊਗੀ। ਸੋ ਇਹਦੇ ਤੁਸੀਂ ਥਾਣ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ, ਢਾਂਚਾ ਇਹਦਾ ਦੇਖ ਸਕਦੇ ਹੋ। ਘਰੇ ਗਾਵਾਂ ਬਾਈ ਹੋਰੀ ਕਾਫੀ ਰੱਖਦੇ, ਦੱਸੋ ਇਹ ਤੁਸੀਂ ਪਸ਼ੂ ਹੋਰ ਵੀ ਦੇਖ ਸਕਦੇ ਹੋ ਜਿਹੜੇ ਰੱਖੇ ਆ, ਵੈੜਾਂ ਵੀ ਲੈ ਕੇ ਸਾਂਭ ਲੈਂਦੇ ਆ ਕਿਉਂਕਿ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ। ਸੋ ਇਹ ਨਾਗ ਅੱਜ ਦੀ ਵੀਡੀਓ 'ਚ ਵਿਕਰੀ ਵਾਲਾ, ਅਤੇ 1,10,000 ਡਿਮਾਂਡ ਹੈ, ਮਾਨ ਤਾਣ ਮੌਕੇ 'ਤੇ ਹੋ ਜਾਣਾ। ਜਿਹੜਾ ਵੀਰ ਖਰੀਦਣਾ ਚਾਹੂਗਾ ਤਾਂ ਕੁਛ ਰੇਟ ਦਾ ਫਰਕ ਪੈ ਸਕਦਾ, ਬਾਕੀ ਵੈੜ ਬਹੁਤ ਸੋਹਣੀ ਹੈ। ਤੁਸੀਂ ਘਰੇ ਚੋਣੀ ਚਾਹੁੰਦੇ ਹੋ ਤਾਂ ਅਗਲੇ ਸੂਏ ਦੇ ਵਿੱਚ ਕਨਫਰਮ ਹੈ ਵੀ ਇਹਦੀ ਕੀਮਤ ਵਧੂਗੀ, ਘੱਟਦੀ ਨਹੀਂ। ਢਾਂਚੇ ਦੀ ਵੀ ਚੰਗੀ ਹੈ, ਹਵਾਨਾ ਵੀ ਤੁਸੀਂ ਇਹਦਾ ਵਾਰ ਵਾਰ ਦੇਖ ਹੀ ਰਹੇ ਹੋ। ਦੱਸੋ ਫਿਕਸ ਜਿਹਾ ਹਵਾਨਾ, ਇਹ ਇਹਦੇ ਨਾਲ ਵੱਛੀ 40-116 ਦੀ ਹੈ ਅਤੇ ਸੋਹਣੀ ਵੱਛੀ ਨੂੰ ਇਹਨੇ ਜਨਮ ਦਿੱਤਾ। ਸੋ ਨਾਗ ਅੱਜ ਦੀ ਵੀਡੀਓ ਚੈੱਕ ਕੀ ਸੀ ਵਿਕਰੀ ਵਾਲਾ, ਅਤੇ ਆਮ ਘਰੇਲੂ ਵੀਰ ਕੋਲੋਂ ਇਹ ਵੀਡੀਓ ਬਣੀ ਵੀ ਹੈ, ਜਿਹਨੂੰ ਜਚੇ ਉਹ ਵੀਰ ਤਸੱਲੀ ਕਰਕੇ ਖਰੀਦ ਸਕਦਾ। ਧੰਨਵਾਦ।